ਹਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ 'ਚ ਆਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਲੁਧਿਆਣਾ 'ਚ ਰੋਜ਼ਗਾਰ ਮੇਲਾ ਲਾਇਆ। ਇਸ ਰੋਜ਼ਗਾਰ ਮੇਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਤਕਰੀਬਨ 9,592 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਮੌਕੇ ਕੈਪਟਨ ਨੇ ਕਿਹਾ ਕਿ ਇਹ ਤਾਂ ਮਹਿਜ਼ ਸ਼ੁਰੂਆਤ ਹੈ। ਉਹਨਾਂ ਕਿਹਾ ਕਿ ਹਰ ਸਾਲ ਇਸੇ ਤਰੀਕੇ ਨੌਕਰੀਆਂ ਦੇ ਗੱਫੇ ਦਿੱਤੇ ਜਾਣਗੇ। ਅਸੀਂ 1,61,522 ਬੱਚਿਆਂ ਨੂੰ ਇੱਥੇ ਨੌਕਰੀਆਂ, ਅਤੇ ਇਸ ਸਾਲ ਦੇ ਵਿੱਚ ਆ ਸਾਡਾ ਸਾਲ ਪੂਰਾ ਹੋ ਚੱਲਿਆ ਅੱਜ ਇਹਦੇ ਦੌਰਾਨ ਹੋਇਆ, ਲੇਕਿਨ ਅੱਜ 9,592 ਅੱਜ ਬੱਚੇ ਇੱਥੋਂ ਆਪਣੇ ਰੋਜ਼ਗਾਰ ਦੇ ਅਪੁਆਇੰਟਮੈਂਟ ਲੈਟਰਸ ਲੈਣਗੇ। ਟੋਟਲ ਜੋ ਸਾਡੇ ਰੋਜ਼ਗਾਰ ਮੇਲੇ ਜੋ ਅਸੀਂ ਐਲਾਨ ਕੀਤਾ ਸੀ ਪਹਿਲਾਂ, ਉਹ 22,560 ਤਕਰੀਬਨ ਬੱਚਿਆਂ ਨੂੰ ਅਸੀਂ ਦੇ ਚੁੱਕੇ ਹਾਂ, ਔਰ ਇਹ ਹਰ ਕੁਛ ਮਹੀਨਿਆਂ ਬਾਅਦ ਇਹ ਮੇਲੇ ਹੋਣਗੇ। ਔਰ ਸਾਡੀ ਇੱਕੋ ਹੀ ਤਮੰਨਾ ਹੈ ਕਿ ਸਾਡੇ ਬੱਚੇ ਕੋਈ ਪਿੱਛੇ ਰਹਿ ਨਾ ਜਾਵੇ, ਸਾਰੇ ਪੰਜਾਬ ਦੇ ਸ਼ਹਿਰਾਂ 'ਚੋਂ ਔਰ ਪਿੰਡਾਂ ਦੇ ਵਿੱਚੋਂ ਉਹਨਾਂ ਨੂੰ ਅਸੀਂ ਨੌਕਰੀਆਂ ਦਵਾ ਸਕੀਏ ਜਿੱਥੇ ਉਹ ਆਪਣਾ ਭਵਿੱਖ ਬਣਾ ਸਕਣ। ਅੱਜ ਇਹ ਵੀ ਖੁਸ਼ੀ ਦੀ ਗੱਲ ਹੈ ਮੈਨੂੰ ਅੱਜ ਦੇ ਕੇ ਅੰਕੜੇ ਕਿ ਇਸ ਸਾਲ ਦੇ ਵਿੱਚ ਮੀਡੀਅਮ ਅਤੇ ਸਮਾਲ ਇੰਡਸਟਰੀ ਤਕਰੀਬਨ 15,000 ਯੂਨਿਟਸ ਰਜਿਸਟਰ ਹੋਏ ਨੇ 17-18 ਦੇ ਵਿੱਚ, ਔਰ ਇਹਦੀ ਇੱਕ ਵਾਰ ਇਹ ਲੱਗ ਜਾਣ ਤਾਂ ਤਕਰੀਬਨ 90,000 ਨੌਕਰੀਆਂ ਤਾਂ ਇਹਦੇ ਵਿੱਚ ਹੀ ਹੋਣਗੀਆਂ। ਲੇਕਿਨ ਇਹ ਤੋਂ ਇਲਾਵਾ ਹੋਰ ਜਗ੍ਹਾ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਕਿ ਆਪਣੇ ਬਾਹਰਲੇ ਸੂਬਿਆਂ ਵਿੱਚ ਵੀ, ਜੈਸੇ ਅੱਜ ਮੈਨੂੰ ਕੋਈ ਕਹਿ ਰਿਹਾ ਸੀ MA ਮਾਰੂਤੀ ਦੇ ਵਿੱਚ ਦਿੱਲੀ ਲੱਗ ਰਹੇ ਹੈ ਜਾਂ ਕੋਈ ਹੋਰ ਕਿਤੇ ਲੱਗ ਰਹੇ ਨੇ, ਤਾਂ ਇਹ ਬਹੁਤ ਦੂਰ ਤੱਕ ਇਹ ਜਿਹੜੀ ਸਾਡੀ ਅਪੁਆਇੰਟਮੈਂਟਸ ਨੇ ਫੈਲੀਆਂ ਨੇ। ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਲਈ ਵੱਡਾ ਖਤਰਾ ਬਣ ਕੇ ਉਭਰੇ ਗੈਂਗਸਟਰਵਾਦ ਨੂੰ ਮੁੱਖ ਮੰਤਰੀ ਨੇ ਆਪਣੇ ਨਿਸ਼ਾਨੇ 'ਤੇ ਲਿਆ। ਉਹਨਾਂ ਕਿਹਾ ਕਿ ਸੂਬੇ 'ਚ ਕਿਸੇ ਤਰੀਕੇ ਦੀ ਗੜਬੜ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਸੀਂ ਸ਼ਾਂਤੀ ਦਾ ਮਾਹੌਲ ਪੰਜਾਬ ਦੇ ਵਿੱਚ ਰੱਖਾਂਗੇ। ਅਗਰ ਕੋਈ ਸੋਚਦਾ ਕਿ ਮੈਂ ਇੱਥੇ ਕੋਈ ਗੜਬੜ ਕਰੂੰਗਾ ਜਾਂ ਕੋਈ ਅਸਲੇ ਦੇ ਨਾਲ ਕਿਸੇ ਨੂੰ ਧਮਕੀ ਕਰੂੰਗਾ ਜਾਂ ਗੋਲੀ ਚਲਾਊਂਗਾ ਜਾਂ ਕਿਸੇ ਨੂੰ ਐਸੇ ਜ਼ਖਮੀ ਕਰੂੰਗਾ ਜਾਂ ਮਾਰ ਦੂੰਗਾ, ਤਾਂ ਮੈਂ ਤੁਹਾਨੂੰ ਦੱਸਦਾ ਅੱਜ ਹੀ ਤੁਸੀਂ ਆਪਣਾ ਬਚ ਕੇ ਰਹਿਣਾ। ਜਿਹੜਾ ਕਾਨੂੰਨ ਤੋੜਦਾ ਉਹਨੂੰ ਮੈਂ ਛੱਡਣਾ ਹੈ ਨਹੀਂ। ਅਸੀਂ ਆਪ ਹਵਾ ਠੀਕ ਰੱਖਣੀ ਹੈ, ਅਸੀਂ ਪੰਜਾਬ ਨੂੰ ਸਹੀ ਰਾਹ 'ਤੇ ਤੋਰਨਾ, ਔਰ ਇਹਦੇ ਵਿੱਚ ਜਿਹੜੇ ਮੇਰੇ ਅੱਜ ਬੇਟੇ ਬੈਠੇ ਨੇ ਵਰਦੀਆਂ ਦੇ ਵਿੱਚ, ਤੁਸੀਂ ਆ ਕੇ ਫੋਰਸ ਨੂੰ ਜੁਆਇਨ ਕਰਨਾ ਔਰ ਤੁਸੀਂ ਇਹਦੇ ਵਿੱਚ ਆਪਣਾ ਹਿੱਸਾ ਪਾਉਣਾ। ਉਧਰ ਨੌਕਰੀਆਂ ਹਾਸਲ ਕਰਨ ਵਾਲੇ ਵੀ ਖੁਸ਼ ਨਜ਼ਰ ਆਏ, ਜਿਨ੍ਹਾਂ ਕੈਪਟਨ ਸਰਕਾਰ ਦੀ ਵਾਹਵਾ ਕੀਤੀ। ਬਿਲਕੁਲ ਬਹੁਤ ਵਧੀਆ ਕੀਤਾ ਸੀ, ਅਸੀਂ ਕਾਫੀ ਚਿਰ ਤੋਂ ਮਤਲਬ ਵੇਟ ਕਰ ਰਹੇ ਸੀ ਜੋਬ ਦੇ ਰਿਗਾਰਡਿੰਗ, ਅਤੇ ਮਤਲਬ ਜੋ ਕਿ ਡਿਲੇ ਹੋਈ ਜਾਂਦਾ ਸੀ ਪਿਛਲੀ ਸਰਕਾਰ ਵਿੱਚੋਂ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਪਰ ਕਾਂਗਰਸ ਸਰਕਾਰ ਦੇ ਆਉਣ ਕਰਕੇ ਬਹੁਤ ਜਲਦੀ ਕੰਮ ਕਾਰਵਾਈ ਹੋਈ ਗਈ ਹੈ, ਜਿਸ ਕਰਕੇ ਸਾਰੇ ਬੱਚਿਆਂ ਨੂੰ ਜਿਨ੍ਹਾਂ ਨੂੰ ਨਹੀਂ ਮਿਲ ਰਹੀ ਸੀ ਨੌਕਰੀ ਉਹਨਾਂ ਨੂੰ ਮਿਲ ਗਈ ਹੈ।
ਤੇ ਬਹੁਤ ਵਧੀਆ ਨੌਕਰੀ ਮਿਲੀ ਸਾਨੂੰ। ਹਾਂਜੀ ਬਹੁਤ ਵਧੀਆ ਕਿ ਮਤਲਬ ਜੋ ਵੀ ਬੱਚੇ ਪੜ੍ਹੇ ਲਿਖੇ ਹੈਗੇ ਸੀ ਜੋਬ ਨਹੀਂ ਮਿਲ ਰਹੇ ਸੀ, ਚਾਂਸਸ ਨਹੀਂ ਮਿਲ ਰਹੇ ਸੀ, ਜ਼ਿਆਦਾ ਕਰ ਅਬਰੋਡ ਵੱਲ ਇਹੀ ਉਹਨਾਂ ਦੀ ਥਿੰਕਿੰਗ ਕਿ ਅਬਰੋਡ 'ਚ ਜਾਈਏ, ਅਤੇ ਬੜੇ ਕਿ ਬਹੁਤ ਵਧੀਆ ਕਿ ਜੇ ਆਪਾਂ ਨੂੰ ਪੰਜਾਬ ਵਿੱਚ ਹੀ ਜੋਬ ਮਿਲਦੀ ਪਈ ਹੈ ਅਤੇ ਬਾਹਰ ਦਾ ਅਸੀਂ ਨਹੀਂ ਸੋਚੀਏ। ਅਤੇ ਥੈਂਕ ਯੂ, ਬਹੁਤ ਵਧੀਆ, ਮੈਂ ਕਾਂਗਰਸ ਸਰਕਾਰ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਨੌਕਰੀ ਬਖਸ਼ੀ। ਬੇਸ਼ੱਕ ਮੁੱਖ ਮੰਤਰੀ ਨੇ ਆਪਣੇ ਜਨਮ ਦਿਨ ਵਾਲੇ ਦਿਨ ਨੌਜਵਾਨਾਂ ਨੂੰ ਰੁਜ਼ਗਾਰ ਦਾ ਤੋਹਫਾ ਦਿੱਤਾ, ਪਰ ਇਸ ਕੰਮ 'ਚ ਇੰਨੀ ਦੇਰ ਕਿਉਂ? ਇਸ ਬਾਰੇ ਵੀ ਕੈਪਟਨ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।